ਚੱਲ ਖੋਲਦੇ ਹੁਣ ਭਰਾਵਾ, ਦਿਲ ਤੱਕ ਤੱਕ ਕਰਦਾ ਪਿਆ ਮੇਰਾ। ਰਿਲੇਟਡ ਅੱਜ ਫਾਈਨਲੀ ਮੇਰਾ ਪਾਸਵਰਡ ਆ ਗਿਆ ਆ ਵੀਜ਼ੇ ਵਾਲਾ। ਟਾਈਮ ਹੀ ਬੜਾ ਲੱਗ ਗਿਆ, ਜਿੱਦਣ ਮੈਂ ਪਹਿਲਾ ਬਲੌਗ ਪਾਇਆ ਨਾ, ਜਿੱਦਣ ਅਸੀਂ ਸਬਮਿਸ਼ਨ ਕਰਵਾਉਣ ਗਏ, ਜਿੱਦਣ ਨੈਸ਼ ਸਾਡੇ ਨਾਲ ਸੀਗੀ ਤੇ ਬਸ 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 ਇਹ ਡੋਲ ਦਿੰਦਾ ਹੁੰਦਾ ਹੈ। ਹਾਂਜੀ ਹਾਂਜੀ ਅੰਕਲ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਵੈਲਕਮ ਬੈਕ ਟੂ ਅਵਰ ਚੈਨਲ ਮਿਸਟਰ ਐਂਡ ਮਿਸ ਸਟਾਈਲਿਸ਼। ਹੋਰ ਸੁਣਾਓ ਸਾਰੇ ਜਣੇ, ਕੀ ਹਾਲ ਚਾਲ? ਵਧੀਆ ਵਧੀਆ, ਤੂੰ ਦੱਸ? ਵਧੀਆ ਵਧੀਆ, ਆਪਣਾ ਵੀ ਵਧੀਆ, ਅਸੀਂ ਇੱਕ ਦੂਜੇ ਨੇ ਪੁੱਛੀ ਜਾਂਦੇ ਹਾਂ। ਔਰ ਬਾਕੀ ਤੁਸੀਂ ਸਾਰੇ ਜਣੇ ਵੀ ਠੀਕ ਆ, ਕਮੈਂਟਾਂ 'ਚ ਮੈਨੂੰ ਦੱਸਿਓ। ਅਤੇ ਬਾਕੀ ਅੱਜ ਦਾ ਬਲੌਗ ਆਪਣਾ ਬਹੁਤ ਖਾਸ ਹੋਣ ਵਾਲਾ ਆ। ਤੁਹਾਨੂੰ ਸ਼ੁਰੂ ਦੇ ਵਿੱਚ ਹੀ ਮੈਂ ਦੱਸ ਦਿੰਦਾ ਕਿ ਬਲੌਗ ਇਹਦੇ ਰਿਲੇਟਡ ਅੱਜ ਫਾਈਨਲੀ ਮੇਰਾ ਪਾਸਵਰਡ ਆ ਗਿਆ ਆ। ਫੋਨ ਆ ਗਿਆ ਸੀਗਾ ਕਿ ਮੈਨੂੰ ਵੀ ਆਪਣਾ ਪਾਸਵਰਡ ਆ ਕੇ ਲੈ ਜਾਓ ਵੀਜ਼ੇ ਵਾਲਾ, ਅਤੇ ਕਨੇਡਾ ਵਾਲੇ ਹੁਣ ਅਸੀਂ ਓਫੀਸ਼ੀਅਲ ਹੋਣ ਜਾ ਰਹੇ ਹਾਂ ਓਫੀਸ਼ੀਅਲ। ਟਾਈਮ ਹੀ ਬੜਾ ਲੱਗ ਗਿਆ, ਜਿੱਦਣ ਮੈਂ ਪਹਿਲਾ ਬਲੌਗ ਪਾਇਆ ਨਾ, ਜਿੱਦਣ ਅਸੀਂ ਸਬਮਿਸ਼ਨ ਕਰਵਾਉਣ ਗਏ ਅਤੇ ਜਿੱਦਣ ਨੈਸ਼ ਸਾਡੇ ਨਾਲ ਸੀਗੀ, ਅਤੇ ਉਹ ਟਾਈਮ ਬੜਾ ਲੱਗ ਗਿਆ ਪਾਸਵਰਡ ਆਉਂਦੇ ਆਉਂਦੇ ਨੂੰ। ਅਤੇ ਉਹ ਪਤਾ ਨਹੀਂ ਕਿਹੜੀ ਗੱਲੋਂ, ਸ਼ਾਇਦ ਕੋਈ ਹੋਊਗਾ ਹੈ ਨਾ ਮਾੜਾ ਸਾਇਆ ਆਪਣੇ 'ਤੇ, ਅਤੇ ਉਹਦੇ ਕਰਕੇ ਨਾ ਟਾਈਮ ਬੜਾ ਲੱਗ ਗਿਆ, ਮਹੀਨਾ ਹੀ ਜ਼ਿਆਦਾ ਹੀ ਲੱਗ ਗਿਆ ਪਾਸਵਰਡ ਆਉਂਦੇ ਆਉਂਦੇ ਨੂੰ। ਦੇਣੀ ਪੈਣੀ ਵਿੱਚ, ਅਤੇ ਹੁਣ ਅੱਜ ਫਾਈਨਲੀ ਘੱਟੋ ਘੱਟ ਮੇਰੇ ਹਿਸਾਬ ਨਾਲ 30 ਦਿਨਾਂ ਬਾਅਦ ਆਇਆ ਆਪਣਾ ਪਾਸਵਰਡ। ਅਤੇ ਹੁਣ ਹੁਸ਼ਿਆਰਪੁਰ ਨੂੰ ਚੱਲੇ ਹਾਂ ਆਪਾਂ ਪਾਸਵਰਡ ਲੈਣ, ਬਾਕੀ ਤੁਹਾਨੂੰ ਨਾਲ ਨਾਲ ਸਾਰਾ ਹਿਸਾਬ ਕਿਤਾਬ ਦਿਖਾਉਂਦੇ ਹਾਂ। ਐਕਸਾਈਟਮੈਂਟ ਪੂਰੀ ਆ, ਐਕਸਾਈਟਮੈਂਟ ਪੂਰੀ ਆ, ਅਤੇ ਬਾਕੀ ਅਜੇ ਗੱਡੀ ਚਲਾਉਣ ਦਿਆ, ਜੇ ਉੱਥੇ ਤੱਕ ਪਹੁੰਚ ਗਏ ਤਾਂ ਫਿਰ ਬਲੌਗ ਤੁਹਾਨੂੰ ਦਿਸੂਗਾ ਬਣਦਾ ਨਾਲ ਨਾਲ। ਅਤੇ ਹੌਲੀ ਰੱਖੀ ਭਰਾਵਾ, ਹੌਲੀ ਰੱਖੀ, ਇਹ ਇੱਦਾਂ ਹੀ ਆ ਹੋਣ ਦਾ। ਅਤੇ ਕੀ ਹੋ ਗਿਆ, ਪੰਪ ਛੱਕ ਗਿਆ? ਹੌਲੀ ਰੱਖ, ਜੇ ਮੈਂ ਕਹਿ ਹੀ ਦਿੱਤਾ ਅਜੇ ਚਲਾਉਣ ਦਿਆ ਗੱਡੀ, ਤਾਂ ਅਜੇ ਹੋਣੀ ਤਾਂ। ਇਹ ਬਲੌਗ ਦੇਖ ਕੇ ਨਹੀਂ ਤੈਨੂੰ ਕਿਸੇ ਦਾ ਫੋਨ ਆਉਣਾ ਭਾਅ ਜੀ, ਇੱਧਰ ਨੂੰ ਜਾਣਾ ਗੇੜਾ ਲੈ ਕੇ। ਅਤੇ ਬਸ ਅਸੀਂ ਪਹੁੰਚ ਜਾਣਾ 15-20 ਮਿੰਟ ਦੇ ਵਿੱਚ ਹੁਸ਼ਿਆਰਪੁਰ, ਅਤੇ ਨਾਲ ਨਾਲ ਮੈਂ ਤੁਹਾਨੂੰ ਸਾਰਾ ਬਲੌਗ ਦਿਖਾਉਣਾ ਆ। ਕੇਸ ਆਪਣਾ ਥੋੜ੍ਹਾ 50-50 ਵੀ ਹੋ ਸਕਦਾ ਆ ਵੀਜ਼ੇ ਵਾਲਾ, ਕਿਉਂਕਿ ਆਪਣਾ ਥੋੜ੍ਹਾ ਫਾਈਲ ਦੇ ਵਿੱਚ ਨਾ ਇੱਕ ਪ੍ਰੋਬਲਮ ਜੀ ਸੀਗੀ, ਉਹ ਮੈਂ ਹੁਣ ਇੱਥੇ ਡਿਸਕਸ ਨਹੀਂ ਕਰ ਸਕਦਾ ਬਲੌਗ ਦੇ ਵਿੱਚ। 50 ਵਾਰੀ ਫਾਈਲ ਆਈ ਵਿੱਚ, ਉਹ ਕਹਿੰਦੇ ਤੁਹਾਨੂੰ ਕੀ ਵੀਜ਼ਾ ਦੇਈਏ? ਚੱਲ ਭੌਂਕ ਲਾ, ਤੂੰ ਭੌਂਕ ਲਾ, ਮੈਨੂੰ ਪਤਾ ਤੂੰ ਕੱਟਣਾ ਹੀ ਹੈ। ਨਹੀਂ ਨਹੀਂ, ਕਰ ਸ਼ੁਰੂ ਕਰ ਸ਼ੁਰੂ ਤੂੰ, ਮੈਂ ਨਹੀਂ ਕੱਟਦਾ ਹੁੰਦਾ, ਜੋ ਬੋਲਦਾ ਮੈਂ ਕੰਟੈਂਟ ਓਰੀਜਨਲ ਰੱਖਦਾ ਹੁੰਦਾ, ਠੀਕ ਆ। ਕਿੰਨੀ ਵਾਰੀ ਕਹਿੰਦੇ ਵੀ ਫਾਈਲ ਆ ਗਈ ਤੁਸੀਂ ਕੈਨੇਡਾ ਦੀ? ਏਦਾਂ ਤਾਂ ਉਹਨਾਂ ਨੇ ਕੁਝ ਨਹੀਂ ਪੁੱਛਿਆ। ਕਿਉਂ ਨਹੀਂ ਪੁੱਛਿਆ? ਆਹ ਕਹਿੰਦੇ ਦੋ ਐਪਲੀਕੇਸ਼ਨਾਂ ਬਾਹਰ ਆ ਗਈਆਂ। ਹੌਲੀ ਰੱਖ ਇਹਨੂੰ ਯਾਰ, ਉਹ ਤਾਂ ਪੁੱਛਦੇ ਹੀ ਨਹੀਂ। ਰਸ ਪੀ ਲਈ ਯਾਰ, ਪਹਿਲਾਂ ਬੰਦਾ ਆਪਣਾ ਲੱਗਾ ਆ, ਇਹ ਰਸ ਆਉਂਦੇ ਹੋਏ ਪੀਣੀ ਬਣਦੀ ਸੀ। ਨਹੀਂ ਨਹੀਂ, ਹੁਣ ਮੈਨੂੰ ਪਾਸਵਰਡ ਦੀ ਕਾਲੀ ਆ, ਦੇਖ ਲਓ ਇਹਨਾਂ ਦੀ ਸੋਚ, ਦੇਖੋ ਕਿੱਦਾਂ ਮੈਂ ਕੈਨੇਡਾ ਕਨੂਡਾ ਬਾਰੇ ਸੋਚ ਰਿਹਾ, ਪਾਸਵਰਡ ਬਾਰੇ, ਰਸ ਪੀ ਲਈਏ ਕਹਿੰਦਾ। ਭਰਾਵਾ ਅਸੀਂ ਇੱਥੇ ਰਹਿਣਾ? ਨਹੀਂ, ਅਸੀਂ ਇੱਧਰ ਵੀਜ਼ੇ ਦੀ ਗੱਲ ਕਰਦੇ ਪਏ ਆ, ਰਸ ਪੀ ਲਈਏ ਕਹਿੰਦਾ ਭਾਈ। ਹਾਂ ਯਾਰ, ਭਾਈ ਦੋ ਕਰੋ ਯਾਰ, ਕਹਿੰਦਾ ਦੋ ਕਰਿਓ। ਕੀ ਦੋ ਕਰਿਓ? ਗਲਾਸ, ਦੋ ਰਸ ਦੇ ਗਲਾਸ ਕਰਿਓ। ਦੱਸ, ਬੰਦੇ ਨੂੰ ਵੀ ਕਨਫਿਊਜ਼ ਕਰਦਾ, ਗਰਮੀ ਹੋ ਗਈ ਮੈਨੂੰ ਤਾਂ ਪਤਾ। ਬਸ ਹੁਣ ਆਪਾਂ ਹੌਲੀ ਸ਼ਾਮਿਲ ਲਾ ਲਾ ਇਹ, ਅੱਛਾ ਨਾਲ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਕੁ ਪੈਸੇ ਬਣਾ ਲੈਂਦਾ ਹੋਊਗਾ ਇਹ ਰਸ ਵਾਲਾ। ਲਿਆਓ ਫਿਰ, ਪਾਓ ਗਲਾਸ। ਹੈਲੋ, ਬਸ 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 ਇਹ ਡੋਲ ਦਿੰਦਾ ਹੁੰਦਾ ਇਹ, ਕਿੰਨੇ ਹੌਲੀ ਹੌਲੀ ਉਹ ਸਾਰੇ ਕੱਪੜੇ ਤੈਨੂੰ ਡੋਲਦੇ।
ਬਸ ਬਹੁਤ ਆ ਬਹੁਤ ਆ ਮੇਰਾ ਬਹੁਤ ਆ ਉਹ ਬਸ ਯਾਰ ਹੁਣੇ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਮੈਂ ਰਸ ਪੀ ਰਿਹਾ ਆ ਕੈਮਰਾ ਕਹਿੰਦੇ ਕੀਤਾ ਇੱਧਰ ਨੂੰ ਤੂੰ ਇੱਕ ਦਿਨ ਸੀਗਾ ਨੀ ਇੱਥੇ ਮੈਂ ਮੁੜ ਕੇ ਗਿਆ ਮੈਂ ਬਹੁਤ ਸਮਝਾਇਆ ਹਮ ਲੋਕ ਪਤਾ ਕਿਧਰ ਸੇ ਆਏ ਹੈ ਜਲੰਧਰ ਸੇ ਆਏ ਹੈ ਰਸ ਪੀਣੇ ਜਲੰਧਰ ਸੇ ਓਕੇ 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 ਬਸ ਇੱਥੋਂ ਹੁਣ 10 ਕੁ ਮਿੰਟ ਲੱਗਣੇ ਆਪਾਂ ਨੂੰ ਹੁਸ਼ਿਆਰਪੁਰ ਨੂੰ ਤੇ ਪਾਸਵਰਡ ਫੜ ਕੇ ਰੱਬ ਦੀ ਮਿਹਰ ਨਾਲ ਸਾਰਾ ਕੁਝ ਵਧੀਆ ਵਧੀਆ ਹੋਵੇ ਹਨਾ ਤੇ ਇਹੀ ਆਸ ਕਰਦੇ ਕਿਉਂਕਿ ਆਪਣੇ ਨਾ ਬਣੇ ਬਣੇ ਕੰਮ ਥੋੜੇ ਜਿਹੇ ਨਾ ਟੇਡੇ ਮੇਡੇ ਹੋ ਜਾਂਦੇ ਹੁਣ ਰੱਬ ਮਿਹਰ ਰੱਖੇ ਤੇ ਪਾਸਵਰਡ ਫਟਾਫਟ ਲੈ ਕੇ ਆਈਏ ਉਹਦਾ ਬੰਦੇ ਦਾ ਮੈਨੂੰ ਫੋਨ ਆਇਆ ਹੈ ਇਹਦਾ ਹੀ ਪਾਸਵਰਡ ਵਾਲੇ ਦਾ ਕਹਿੰਦਾ ਭਾਅ ਜੀ ਪਾਸਵਰਡ ਤੁਹਾਡਾ ਆ ਗਿਆ ਲੈ ਜਾਓ ਹਨਾ ਇੱਕ ਉੱਦਾਂ 30-40 ਦਿਨ ਹੋ ਗਿਆ ਮੈਨੂੰ ਟੈਨਸ਼ਨ ਮੈਂ ਕਿਹਾ ਚੱਲ ਫੜੀ ਰੱਖ ਆ ਗਿਆ ਮੈਂ ਕਿਹਾ ਫੜ ਕੇ ਰੱਖ ਪਾਸਵਰਡ ਆ ਗਿਆ ਮੈਂ ਨਾਲ ਹੀ ਕੱਪੜੇ ਕੱਪੜੇ ਕੁੱਪੜੇ ਪਾਏ ਫਿਰ ਮੈਂ ਕਿਹਾ ਕਿਸੇ ਵਿਹਲੇ ਬੰਦੇ ਨੂੰ ਨਾਲ ਲੈ ਕੇ ਜਾਵਾਂ ਨਾਲ ਹੀ ਫਿਰ ਤੇਰਾ ਨੰਬਰ ਡਾਇਲ ਕੀਤਾ ਫਿਰ ਮੈਂ ਅਜੇ ਨੂੰ ਫੋਨ ਕੀਤਾ ਅਜੇ ਕਹਿੰਦਾ ਹਾਂ ਠੀਕ ਆ ਵਿਹਲਾ ਹੀ ਆ ਮੈਂ ਕਿਹਾ ਚੱਲ ਠੀਕ ਆ ਚੱਲ ਚੱਲੀਏ ਫਿਰ ਹਾਂਜੀ ਹਾਂਜੀ ਅੰਕਲ ਜੀ ਚੱਲ ਖੋਲਦੇ ਹੁਣ ਭਰਾਵਾ ਦਿਲ ਤੱਕ ਤੰਗ ਕਰਦਾ ਪਿਆ ਮੇਰਾ ਹਾਜੀ ਨਾਲ ਜਿੱਦੀ ਮੈਂ ਪੁੱਛਦਾ ਪਹਿਲਾਂ ਮੇਨ ਚੀਜ਼ ਤਾਂ ਦੇਖੀ ਪਹਿਲਾਂ ਉੱਪਰ ਓਏ ਤੁਹਾਡੀ ਵੀ ਓਏ ਜਾ ਆ ਗਿਆ ਜੱਟ ਦਾ ਮੋਹਰੇ ਵੀ ਦੇਖ ਲਈਏ ਆਪਣੀ ਫੋਟੋ ਤਾਂ ਲੱਗੀ ਆ ਚੋਬਰ ਫੋਟੋ ਇੰਨੀ ਸੋਹਣੀ ਹੈ ਇਹ ਬੰਦੇ ਨੇ ਤਾਂ 5 ਸਾਲ ਪਹਿਲਾਂ ਵੀਜ਼ਾ ਦੇ ਦੇਣਾ ਚਾਹੀਦਾ ਫੋਟੋ ਤੇ ਪਾਸਵਰਡ ਆਪਾਂ ਲੈ ਆਏ ਕਿਉਂ ਵੀ ਅਜੇ ਸੈੱਟ ਆ ਕੰਮ ਲੋਟ ਆ ਖੁਸ਼ ਆ ਬਸ ਹੁਣ ਆਪਾਂ ਘਰ ਨੂੰ ਚੱਲੇ ਆ ਠੀਕ ਆ ਪੱਕੇ ਕੈਨੇਡਾ ਵਾਲੇ ਬਣ ਕੇ ਬਸ ਗੱਡੀ ਬੈਗ ਪਾ ਲਈ ਆ ਤੇ ਪਾਰਟੀ ਕਰ ਲਵਾਂਗੇ ਜਾਣ ਤੋਂ ਪਹਿਲਾਂ ਇੱਕ ਵਾਰੀ ਆਹੋ ਹੁਣ ਤੂੰ ਮੇਰੇ ਨਾਲ ਜਾਣਾ ਕਿ ਇੱਥੇ ਲਾ ਦਵਾਂ ਤੈਨੂੰ ਮੈਂ ਕਿਹਾ ਉਦੋਂ ਤੈਨੂੰ ਗੱਲ ਨਹੀਂ ਆਉਂਦੀ ਸੀ ਕੋਈ ਜਦੋਂ ਵੀਜ਼ਾ ਖੋਲਦਾ ਹੀ ਆ ਭਰਾਵਾ ਉਦੋਂ ਬੰਦਾ ਕੀ ਕਹਿੰਦੇ ਹੁੰਦੇ ਆ ਨਰਵਸ ਸੀਗਾ ਮੈਂ ਕਹਿੰਦਾ ਨਰਵਸ ਜੇ ਆਈ ਗਿਆ ਉਹਨੇ ਘਰ ਹੀ ਭੇਜਤਾ ਉਹ ਚੱਕਰ ਪਤਾ ਕੀ ਸੀਗਾ ਆਪਣੀ 2 ਫਾਈਲਾਂ ਲੱਗੀਆਂ ਸੀਗੀਆਂ ਅੱਛਾ ਉਹ ਜੇ ਮੈਂ ਹੁਣ ਇੱਥੇ ਸਮਝਾਇਆ ਨਾ ਸਮਝ ਨਹੀਂ ਆਉਣਾ 2 ਫਾਈਲਾਂ ਬਾਕੀਆਂ ਨੂੰ ਮੇਰੀ ਸਮਝ ਆਉਣਾ ਤੈਨੂੰ ਤਾਂ ਜਮਾ ਹੀ ਨਹੀਂ ਆਉਣਾ ਠੀਕ ਆ ਤੇ ਉਹ ਉਸ ਚੱਕਰ 'ਚ ਮੈਂ ਨਰਵਸ ਸੀਗਾ ਤੇ ਉਹਦੇ ਵਿੱਚ ਨਾ ਏਜੰਟ ਨੇ ਆਪਾਂ ਨੂੰ ਦੱਸਿਆ ਸੀ ਵੀ ਕਹਿੰਦੇ 50-50 ਚਾਂਸ ਆ ਵੀ ਸਟੈਂਪ ਲੱਗ ਵੀ ਸਕਦੀ ਤੇ ਨਹੀਂ ਵੀ ਲੱਗ ਸਕਦੀ ਹਨਾ ਤੇ ਉਹ ਮੈਂ ਤਾਂ ਕਰਕੇ ਨਰਵਸ ਸੀਗਾ ਤੈਨੂੰ ਉਹਦੀਆਂ ਗੱਲਾਂ ਤੇਰਾ ਵੀਜ਼ਾ ਆਉਣਾ ਉਦੋਂ ਇੱਦਾਂ ਕਰਾਂਗੇ ਨਹੀਂ ਉਦੋਂ ਇੱਥੇ ਠੀਕ ਹੈ ਤੇਰੇ ਗਲ 'ਚ ਐਂ ਪਾਵਾਂਗੇ ਇੱਥੇ ਠੀਕ ਹੈ ਕਿੱਥੇ ਇੱਥੇ ਚੱਲ ਤੋ ਜਾ ਬੈਠ ਘਰ ਨੂੰ ਚੱਲੇ ਆ ਆਪਾਂ ਕੋਈ ਨਹੀਂ ਮਗਾ ਜਾ ਕੇ ਮੈਂ ਗੱਡੀ ਚਲਾਉਣਾ ਹੁਣ ਤੂੰ ਬਹੁਤ ਚਲਾ ਲਈ ਕਿਉਂ ਦੇਖ ਪਹਿਲਾਂ ਮੈਂ ਤੈਨੂੰ ਤਾਂ ਗੱਡੀ ਚਲਾਉਣ ਦੇ ਰਿਹਾ ਸੀਗਾ
ਕਿਉਂਕਿ ਮੈਨੂੰ ਪਤਾ ਨਹੀਂ ਸੀ ਵੀ ਮੇਰਾ ਵੀਜ਼ਾ ਆਇਆ ਕਿ ਨਹੀਂ। ਹੁਣ ਮੇਰਾ ਵੀਜ਼ਾ ਆ ਗਿਆ ਆ, ਹੁਣ ਤੈਨੂੰ ਮੈਂ ਇੱਧਰ ਬਿਠਾ ਨਹੀਂ ਸਕਦਾ। ਠੀਕ ਆ ਠੀਕ ਆ ਠੀਕ ਆ। ਹੁਣ ਆਪਣਾ ਮੇਨ ਕੰਮ ਸਿਰਫ ਰਹਿ ਗਿਆ ਟਿਕਟ ਵਾਲਾ। ਮੈਂ ਭਵਿੱਖਬਾਣੀ ਕਰਦਾ ਵਾ ਪਹਿਲੇ ਜਿਹੜੀ 19 ਨੂੰ ਜਾਣਾ। ਕਿੰਨੇ ਨੂੰ? 19 ਨੂੰ। ਚੱਲ ਠੀਕ ਆ, ਹਾਂ ਸਹੀ ਆ। ਮੈਂ ਭਵਿੱਖਬਾਣੀ ਕਰ ਦਵਾਂ, ਇਹ ਮੈਂ ਕੱਟ ਦੇਣਾ ਸੀਨ। ਮੈਂ ਕਹਿੰਦਾ ਇੱਕ ਵੀਡੀਓ ਬਣਾਉਣੀ ਆ, ਜਿੱਦਾਂ ਜਿਹੜਾ ਠੇਡਾ ਨਹੀਂ ਭੱਜਦਾ ਹੁੰਦਾ ਇੱਦਾਂ, ਇਹ ਉੱਥੇ ਜਾ ਮੈਂ ਕੈਨੇਡਾ ਪਹੁੰਚ ਦੇਵਾਂ। ਮੈਂ ਕੋਈ ਨਹੀਂ ਬਣਾ ਲਈ ਨਾ, ਹੁਣ ਕਣਕ ਲਾਉਣੀ ਆ 4 ਵਜੇ 5:30 ਵਜੇ। ਮੈਂ ਕਿਹਾ ਉੱਥੇ ਇੱਦਾਂ ਮਰਜ਼ੀ ਬਣਾ ਲਈ। ਇਹ ਭਰਾਵਾ ਸੀਰੀਅਸ ਹੀ ਹੋ ਗਿਆ, ਕਹਿੰਦਾ ਖੇਤਾਂ 'ਚ ਇੱਦਾਂ ਉੱਦਾਂ ਕੰਮ। ਮੈਂ ਕਿਹਾ ਵੀ ਉਹ ਜਿਹੜਾ ਕੀ ਕਹਿੰਦੇ ਹੁੰਦੇ ਠੇਡੇ ਖਾਂਦਾ ਖਾਂਦਾ ਪਹੁੰਚ ਗਿਆ ਕੈਨੇਡੇ ਵਾਲੀ, ਮੈਂ ਕਿਹਾ ਰੀਲ ਬਣਾਉਣੀ ਆ। ਕਹਿੰਦਾ ਕਿ ਖੇਤਾਂ 'ਚ ਆ ਜਾਈ ਕੱਲ੍ਹ ਤੋਂ, ਵੀ ਅਸੀਂ ਨਾ ਉੱਥੇ ਕੰਮ ਜਿਹਾ ਸ਼ੁਰੂ ਕਰਨਾ ਆ, ਉੱਥੇ ਕੋਈ ਸੀਨ ਸੂਨ ਜਿਹਾ ਬਣਾਵਾਂਗੇ। ਮਿਹਨਤ ਕਰਦਾ ਕਰਦਾ ਕੈਨੇਡਾ ਪਹੁੰਚ ਰਿਹਾ, ਇੱਦਾਂ ਪਤਾ ਨਹੀਂ ਕੀ ਇਹਨੇ ਘਟੀਆ ਜਿਹੀ ਗੱਲ ਕੀਤੀ, ਨਾ ਸਵਾਦ ਆਇਆ ਸੁਣਨ 'ਚ ਤੇ ਨਾ ਇਹਨੂੰ ਮੈਨੂੰ ਲੱਗਦਾ ਕਰਨ ਲੱਗੇ ਨੂੰ ਸਵਾਦ ਆਇਆ ਹੁਣ। ਮੋੜੀਏ ਬਸ। ਚਲੋ ਠੀਕ ਆ ਦੋਸਤੋ। ਕਿਉਂ ਅਜੇ ਕਿਉਂ ਠੀਕ ਆ? ਮੋੜਨਾ ਇੱਧਰ ਵੀਡੀਓ ਬਣਾਉਣ ਆਏ ਸੀਗੇ। ਨਹੀਂ ਹੁਣ ਉਹ ਤਾਂ ਮੇਨ 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 ਕੰਮ ਤਾਂ ਡਿਸਕਸ ਕਰ ਲਈਏ ਹੁਣ ਆਪਾਂ ਨੇ। ਹੁਣ ਮੈਨੂੰ ਚਲਾਉਣ ਦੇ ਨਹੀਂ ਸਾਰੇ ਮੰਨਦੇ, ਕਹਿੰਦਾ ਦੱਸ ਤਾਂ ਨੰਬਰ ਉੱਧਰ ਹੀ ਆਏ ਨੂੰ ਘੁੰਮ ਕਿੱਦਾਂ ਕੀ ਕਰਨਾ। ਬਾਕੀ ਕਾਗਜ਼ ਪੱਤਰ ਹਜੇ ਸਾਰੇ ਮੇਨ ਮੇਨ ਹਨਾ, ਫੋਟੋ ਕਾਪੀਆਂ ਕਰਾਉਣੀਆਂ ਹੋਰ ਵੀ ਜੋ ਜੋ ਆ, ਤੇ ਉਹ ਕਰ ਕਰਾ ਕੇ ਫਿਰ ਤੁਹਾਨੂੰ ਨਾਲ ਦੀ ਨਾਲ ਅਸੀਂ ਇਨਫੋਰਮ ਕਰਦੇ ਰਵਾਂਗੇ। ਨਹੀਂ ਹੁਣ ਜੱਟ ਹੁਣਾਂ ਦਾ ਵੀਜ਼ਾ ਆਇਆ, ਹੁਣ ਬਲੌਗ ਤਾਂ ਆਉਣੇ ਬਣਦੇ ਆ। ਕਿਉਂ ਬਈਆ ਜੀ? ਹਾਂਜੀ ਠੀਕ ਆ। ਹੁਣ ਭਰਾਵਾ ਮਗਰ ਹੀ ਪੈ ਗਿਆ। ਹੁਣ ਗੱਡੀ ਛਾਲ ਮਾਰਨ ਵਾਲਾ ਆ ਜਿਹੜਾ ਬੰਦਾ ਹੈਂਡਸਮ ਤੇ ਸਮਾਰਟ ਹੋਵੇ, ਉਹਨੂੰ ਪਾਸਿਆਂ ਦੀ ਲੋੜ ਨੀ ਪੈਂਦੀ। ਠੀਕ ਆ ਭਰਾਵਾ, ਤੈਨੂੰ ਮੈਂ ਸਾਰੀ ਉਮਰ ਲਈ ਸਲਾਹ ਦੇ ਰਿਹਾ। ਬਾਕੀ ਤੁਸੀਂ ਸਾਰੇ ਜਣੇ ਇਦਾਂ ਦੇ ਤੜਾਕੇਦਾਰ ਫੜਾਕੇਦਾਰ ਬਲੌਗ ਦੇਖਣ ਲਈ ਕੀ ਕਰ ਲਿਓ? ਨਾ ਕਰਿਓ ਤੇ ਕਰ ਲਿਓ ਇਹ। ਬਾਕੀ ਤੁਸੀਂ ਸਾਰੇ ਜਣੇ ਇਦਾਂ ਦੇ ਤੜਾਕੇਦਾਰ, ਇਹਨੂੰ ਕਹਿਣਾ ਨਹੀਂ ਆਇਆ। ਬਾਕੀ ਤੁਸੀਂ ਸਾਰੇ ਜਣੇ ਇਦਾਂ ਦੇ ਤੜਾਕੇਦਾਰ ਫੜਾਕੇਦਾਰ ਬਲੌਗ ਦੇਖਣ ਲਈ ਸਬਸਕ੍ਰਾਈਬ ਕਰ ਲਿਓ ਸਾਡਾ YouTube ਚੈਨਲ। ਮੇਰੀ ਗੱਲ ਤੁਹਾਨੂੰ ਆ ਗਿਆ ਕਿ ਫੋਲੋ ਕਰਿਆ ਕਰ। ਕੀ ਫੋਲੋ ਕਰ ਲਓ? ਫੋਲੋ ਇਹ ਮੈਨੂੰ ਪਤਾ ਤੂੰ ਕਿਉਂ ਕਹਿਣ ਦਿਆਂ, ਆ ਤੈਨੂੰ ਕਹਿਣਾ ਨਹੀਂ ਆਉਂਦਾ। ਤੇ ਚਲੋ ਠੀਕ ਆ, ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ। ਠੀਕ ਹੈ ਤੇ ਹੁਣ ਅਜੇ ਨੂੰ ਬਸ ਲਾ ਕੇ ਤੇ ਉਸ ਤੋਂ ਬਾਅਦ ਮੇਰੀ ਵੀ ਘਰ ਨੂੰ ਤਿਆਰੀ ਜਾਣ ਦੀ। ਓਕੇ ਬਾਏ ਬਾਏ ਕਰਿਓ ਯਾਰਾ, ਬਾਏ ਬਾਏ। ਚਲੋ ਠੀਕ ਆ, ਕਿੱਦਾਂ ਦੋ? ਚਲੋ ਠੀਕ ਆ, ਓਕੇ ਓਕੇ ਬਾਏ ਬਾਏ।